ਦੇਖੋ ਇੱਕ ਇੱਕ ਚੀਜ਼ ਆ, ਇੱਕ ਇੱਕ ਜ਼ਬਾਨ ਹੈ, ਇੱਕ ਬੋਲੀ ਹੈ ਜਿਹੜੀ ਸਾਨੂੰ ਹਿੰਦੂ ਮੁਸਲਮਾਨ ਅਤੇ ਸਿੱਖ ਨੂੰ ਜੋੜ ਕੇ ਰੱਖਦੀ ਆ। ਉਹ ਆ ਕਿ ਦੇਖੋ ਹਿੰਦੂ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਸਿੱਖ ਆਪਣੇ ਧਰਮ 'ਚ ਵਿਸ਼ਵਾਸ ਰੱਖਦੇ ਨੇ ਉਹਨੂੰ ਮੰਨਦੇ ਨੇ, ਮੁਸਲਮਾਨ ਆਪਣੇ ਧਰਮ 'ਚ ਵਿਸ਼ਵਾਸ ਰੱਖਦੇ ਨੇ ਉਹਨੂੰ ਮੰਨਦੇ ਨੇ, ਪਰ ਇਹਨਾਂ ਤਿੰਨਾਂ ਨੂੰ ਹਿੰਦੂ ਸਿੱਖ ਅਤੇ ਮੁਸਲਮਾਨ ਨੂੰ ਇੱਕ ਚੀਜ਼ ਜੋੜ ਕੇ ਰੱਖਦੀ ਹੈ, ਉਹ ਆ ਜ਼ਬਾਨ, ਉਹ ਆ ਬੋਲੀ। ਉਹ ਬੋਲੀ ਕਰਕੇ ਜਿਹੜੀ ਸਾਡੀ ਸਾਂਝ ਹੈ, ਸਦੀਆਂ ਅਸੀਂ ਇਕੱਠੇ ਰਹੇ ਹਾਂ, ਸੈਂਕੜੇ ਸਾਲ ਸਾਡੇ ਬਜ਼ੁਰਗਾਂ ਨੇ ਇਕੱਠੇ ਸਾਡਾ ਦੁੱਖ ਸੁੱਖ ਸਾਂਝਾ ਰਿਹਾ, ਸਾਡਾ ਸਾਡੀ ਜ਼ਮੀਨਾਂ ਸਾਂਝੀਆਂ, ਸਾਡੇ ਪਾਣੀ ਸਾਂਝੇ, ਸਾਡੀਆਂ ਵਿਰਾਸਤਾਂ ਸਾਂਝੀਆਂ, ਸਾਡੀਆਂ ਬੋਲੀਆਂ ਸਾਂਝੀਆਂ ਰਹੀਆਂ ਨੇ। ਜੇ ਪਾਕਿਸਤਾਨ ਦੇ ਪੰਜਾਬੀ ਨੂੰ ਅਤੇ ਭਾਰਤ ਦੇ ਪੰਜਾਬੀ ਨੂੰ ਕੋਈ ਚੀਜ਼ ਨੇੜੇ ਕਰਦੀ ਹੈ, ਕੋਈ ਖਿੱਚਦੀ ਹੈ ਸਾਨੂੰ ਇੱਕ ਦੂਜੇ ਵੱਲ, ਤਾਂ ਉਹ ਆ ਸਾਡੀ ਜ਼ਬਾਨ। ਪਰ ਮੈਨੂੰ ਇਹ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ, ਬਲੋਚਿਸਤਾਨ ਦੇ ਵਿੱਚ ਜਿਹੜੀ ਬਲੋਚੀ ਜ਼ਬਾਨ ਹੈ ਉਹ ਪੜ੍ਹਾਈ ਜਾਂਦੀ ਹੈ ਸਕੂਲਾਂ 'ਚ। ਇਸ ਤਰ੍ਹਾਂ ਹੀ ਜਿਹੜਾ ਆਪਣਾ ਸਿੰਧ ਦੇ ਵਿੱਚ ਸਿੰਧੀ ਪੜ੍ਹਾਈ ਜਾਂਦੀ ਹੈ, ਅਤੇ ਸੂਬਾ ਸਰਹੱਦ ਦੇ ਵਿੱਚ ਜਿਹੜੀ ਪਸ਼ਤੋ ਪੜ੍ਹਾਈ ਜਾਂਦੀ ਹੈ। ਪਰ ਉੱਥੇ ਹਾਲਾਤ ਜਿਹੜੇ ਪੰਜਾਬੀ ਜ਼ਬਾਨ ਦੇ ਬੜੇ ਮਾੜੇ ਆ ਕਿ ਲਾਹੌਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ, ਜਿਹੜਾ ਪੰਜਾਬ ਸੂਬਾ ਬਹੁਤ ਵੱਡਾ ਪੰਜਾਬ ਹੈ, ਇੱਧਰਲੇ ਪੰਜਾਬ ਨੂੰ ਸੁੱਡਲਾ ਪੰਜਾਬ ਬਹੁਤ ਵੱਡਾ ਹੈ, ਅਤੇ ਉਸ ਪੰਜਾਬ ਦੇ ਵਿੱਚ ਮੈਨੂੰ ਸੁਣਨ 'ਚ ਇਹ ਆਇਆ ਕਿ ਸਕੂਲਾਂ ਦੇ ਵਿੱਚ ਜਿਹੜੀ ਮੁੱਢਲੀ ਸਿੱਖਿਆ ਉਹ ਪੰਜਾਬੀ 'ਚ ਨਹੀਂ ਦਿੱਤੀ ਜਾਂਦੀ। ਸੋ ਮੇਰਾ ਇਹ ਸੁਨੇਹਾ ਤੁਹਾਡੇ ਤੱਕ ਜੇ ਪਹੁੰਚਦਾ ਤਾਂ ਤੁਸੀਂ ਬਹੁਤ ਚੰਗੇ ਕੰਮ ਕੀਤੇ ਆ, ਇਸ ਕੰਮ ਦੇ ਵਿੱਚ ਵੀ ਪਹਿਲਕਦਮੀ ਕਰੋ ਤਾਂ ਕਿ ਇਹ ਜ਼ਬਾਨ ਜਿਹੜੀ ਸਾਡੀ ਪੰਜਾਬੀ ਜ਼ਬਾਨ ਹੈ, ਸਾਡੀ ਬੋਲੀ ਹੈ, ਮਾਂ ਬੋਲੀ ਹੈ, ਇਹ ਜਿਉਂਦੀ ਰਹੇ। ਇਹ ਬੋਲੀ ਨੇ ਹੀ ਸਾਨੂੰ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਭਾਈਚਾਰੇ ਨੂੰ ਕਾਇਮ ਰੱਖਣਾ ਅਤੇ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਣਾ। ਇਹ ਮੇਰਾ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਤਾਂ ਇਹਨੂੰ ਜ਼ਰੂਰ ਇਸ ਗੱਲ 'ਤੇ ਗੌਰ ਕਰਕੇ ਪੰਜਾਬੀ ਜ਼ਬਾਨ ਨੂੰ ਚੰਗੀ ਤਰੀਕੇ ਨਾਲ ਸਕੂਲਾਂ ਦੇ ਵਿੱਚ ਪੜ੍ਹਾ ਕੇ ਉਹਨੂੰ ਲਾਗੂ ਕਰਾਓ। ਜਿਸ ਤਰ੍ਹਾਂ ਸਾਡੇ ਇੱਧਰ ਜਵਾਨ ਨੂੰ ਖਤਰਾ ਹੋਇਆ, ਪੰਜਾਬੀ ਬੋਲੀ ਨੂੰ ਖਤਰਾ ਹੋਇਆ, ਪੰਜਾਬੀ ਦੇ ਬਹੁਤ ਜਿਹੜੇ ਸਿਹਰਦ ਲੋਕ ਨੇ, ਜਿਹੜੇ ਚਿੰਤਤ ਲੋਕ ਨੇ, ਉਹ ਪੰਜਾਬੀ ਨੂੰ ਲੈ ਕੇ ਉਹਨਾਂ ਨੇ ਰੌਲਾ ਗੌਲਾ ਵੀ ਪੈ ਰਿਹਾ। ਅੱਜ ਹੀ ਸੈਸ਼ਨ ਦੇ ਵਿੱਚ ਜਿਹੜਾ ਪੰਜਾਬ ਦਾ ਮੰਤਰੀ ਹੈ ਤਰਪਿੰਦਰ ਬਾਜਵਾ, ਉਹਦਾ ਬਿਆਨ ਆਇਆ ਕਿ ਪੂਰੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਬੋਰਡ ਹੋਊਗਾ ਪੰਜਾਬੀ 'ਚ ਹੋਊਗਾ। ਅੱਜ ਦਾ ਬਿਆਨ ਆ ਇਹ ਪੰਜਾਬ ਸਰਕਾਰ ਦਾ, ਬਹੁਤ ਵਧੀਆ ਬਿਆਨ। ਤੋ ਉਦੋਂ ਸ਼ਾਇਦ ਅਗਲੇ ਕੈਬਨਿਟ ਦੇ ਵਿੱਚ ਇਹ ਮਤਾ ਪਾਸ ਕਰ ਦੇਣਗੇ। ਤਾਂ ਇਸ ਤਰ੍ਹਾਂ ਇਹ ਚਾਹੁੰਦੇ ਹਾਂ ਕਿ ਉੱਧਰਲੇ ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਜ਼ਬਾਨ ਹੈ ਉਹ ਲਾਗੂ ਹੋਵੇ। ਬਾਕੀ ਯਾਰ ਬਾਈ ਮੈਂ ਤਾਂ ਇਹ ਵੀ ਬੇਨਤੀ ਕਰਨੀ ਚਾਹੁੰਦਾ, ਵੀਡੀਓ ਸ਼ੇਅਰ ਕਰ ਦਿਓ ਵੀ ਯਾਰ ਹੁਣ ਬਹੁਤ ਲੜ ਪਏ ਆਪਾਂ, ਹੁਣ ਯੂਰਪ 'ਚ 28 ਦੇਸ਼ਾਂ ਦੇ ਬਾਰਡਰ ਖੁੱਲ੍ਹੇ ਆ, ਹੁਣ ਲੜਨ ਦਾ ਟਾਈਮ ਹੈ ਨਹੀਂ, ਵਿਗਿਆਨਕ ਯੁੱਗ ਚੱਲ ਰਿਹਾ, ਕੋਈ ਫਾਇਦਾ ਨਹੀਂ। ਮੈਨੂੰ ਐਂ ਲੱਗਦਾ ਵੀ ਜੇ ਕਿਸਾਨੀ ਜ਼ਿਆਦਾਤਰ ਬਚਾਈ ਜਾਊ ਉਹ ਵਪਾਰਕ ਢੰਗ ਨਾਲ ਬਚਾਈ ਜਾ ਸਕਦੀ ਹੈ। ਅਤੇ ਬਾਕੀ ਬਾਈ 20 ਡਾਲਰਾਂ ਬਾਰੇ ਵੀ ਬੋਲ। ਹਾਂ ਮੈਂ ਨਵਜੋਤ ਸਿੰਘ ਸਿੱਧੂ ਦੀ ਮੈਂ ਗੱਲ ਕਰਨ ਲੱਗਿਆ ਕਿ ਬੜਾ ਬੜੀ ਜੈ ਜੈਕਾਰ ਹੋ ਰਹੀ ਹੈ, ਬੜੀ ਬੱਲੇ ਬੱਲੇ ਵਾਹਵਾ ਹੋਈ ਪਈ ਹੈ ਬੰਦੇ ਦੀ, ਹਰ ਬੰਦਾ ਉਹਨੂੰ ਸਲਾਮ ਸਲੂਟ ਕਰਦਾ, ਉਹਨੂੰ ਸਿੱਜਦਾ ਕਰਦਾ, ਹਰ ਬੰਦਾ ਉਹਨੂੰ ਚਾਹੁੰਦਾ ਕਿ ਯਾਰ ਮੈਂ ਸਿੱਧੂ ਦਾ ਮਤਲਬ ਕਿ ਉਹਦਾ ਧੰਨਵਾਦ ਕਰਦਾ। ਮੈਂ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦਾ, ਪਹਿਲਾਂ ਤਾਂ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਉਹਨੂੰ ਜਾਣ ਦੇਵੇ, ਕਿਉਂਕਿ ਇਹ ਨਹੀਂ ਨਾ ਚਾਹੁੰਦੇ ਕਿ ਸਾਡੀ ਜਿਹੜੀ ਨੇੜਤਾ, ਸਾਡੀ ਜਿਹੜੀ ਸਾਂਝੀ ਵਾਰਤਾ, ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਸਾਂਝੀ ਵਾਰਤਾ ਦਾ, ਭਾਈਚਾਰੇ ਦਾ, ਉਹ ਕਾਇਮ ਰਹੇ, ਅਸੀਂ ਇੱਕ ਦੂਜੇ ਦੇ ਨੇੜੇ ਹੋ ਗਏ। ਪਰ ਜੇ ਸਿੱਧੂ ਸਾਹਿਬ ਤੁਹਾਡੇ ਤੱਕ ਮੇਰਾ ਸੁਨੇਹਾ ਮੈਂ ਪਹੁੰਚਾਉਣਾ ਚਾਹੁੰਦਾ ਕਿ ਜੇ ਤੁਹਾਡੇ ਤੁਸੀਂ ਜਾਂਦੇ ਹੋ ਪਾਕਿਸਤਾਨ ਤਾਂ ਇਮਰਾਨ ਖਾਨ ਦੇ ਵਿੱਚ ਜਿਹੜੀ ਮੈਂ ਪੰਜਾਬੀ ਜ਼ਬਾਨ ਦੀ ਗੱਲ ਕੀਤੀ ਹੈ, ਪੰਜਾਬੀ ਬੋਲੀ ਦੀ ਗੱਲ ਕੀਤੀ ਹੈ, ਉਹ ਜ਼ਰੂਰ ਕੰਨ 'ਚ ਕਹਿ ਕੇ ਆਇਓ ਕਿ ਪਹਿਲੀ ਵਾਰੀ ਮੈਂ ਆਇਆ ਸੀਗਾ ਤੁਸੀਂ ਮੈਨੂੰ ਜੱਫੀ ਪਾ ਕੇ ਇੱਥੋਂ ਭੇਜਿਆ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ, ਦੂਜੀ ਵਾਰ ਮੈਂ ਆਇਆ ਅਤੇ ਤੁਹਾਡੇ ਕੋਲ ਮੈਂ ਬੋਲੀ ਦੀ ਗੱਲ ਕਰਨ ਆਇਆ, ਅਤੇ ਇਹ ਅਗਲੇ ਸਾਲ ਜਦੋਂ ਆਪਾਂ ਦੁਬਾਰੇ ਇਕੱਠੇ ਹੋਈਏ ਤਾਂ ਉਦੋਂ ਤੁਹਾਡੇ ਅਤੇ ਪਾਕਿਸਤਾਨ ਦੇ ਅਤੇ ਇੱਧਰ ਭਾਰਤ ਦੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦਾ ਦਿਹਾੜਾ ਵੀ ਆਪਾਂ ਇਕੱਠੇ ਮਿਲਦੇ ਹਾਂ। ਗੱਲ ਆਈ ਰੰਧਾਵੇ ਨੇ ਕੀਤੀ ਕਿ 20 ਡਾਲਰਾਂ ਦੀ, ਰੰਧਾਵੇ ਗੱਲ ਇਹ ਆ ਵੀ 20 ਡਾਲਰਾਂ ਦਾ ਰੌਲਾ ਪਾਉਂਦਾ ਕੌਣ ਆ? ਸਿਆਸਤਦਾਨ ਲੋਕ ਰੌਲਾ ਪਾਉਂਦੇ ਨੇ 20 ਡਾਲਰਾਂ ਦੇ, 11-1200 ਜਾਂ 1400 ਜਾਂ 1500 ਜਿੰਨੇ ਵੀ ਪੈਸੇ ਬਣਦੇ ਨੇ, ਵਿੱਚ ਕਈ ਸਿਆਸਤਦਾਨਾਂ ਨੇ, ਕਈ ਕਈ ਲੀਡਰਾਂ ਨੇ, ਕਈ ਸਰਕਾਰਾਂ ਨੇ ਐਲਾਨ ਵੀ ਕਰਤੇ ਵੀ ਆਮ ਜਨਤਾ ਤਾਂ ਕਹਿੰਦੀ ਨਹੀਂ ਪਟਨੇ ਵੀ ਜਾਂਦੇ ਆਪਾਂ, ਹੋਰ ਵੀ ਗੱਡੀ ਦੂਰ ਜਾਂਦੇ। ਇਹ ਗੱਲ ਹੈਗੀ ਆ ਕਿ ਮੈਂ ਕਹਿੰਦਾ ਵੀ ਜਿਹੜੇ ਵੀ ਬੰਦਿਆਂ ਨੇ ਐਲਾਨ ਕੀਤਾ ਕਿ ਅਸੀਂ 20-20 ਡਾਲਰ ਦੇਵਾਂਗੇ, ਕੋਈ ਵੀ ਜਿਹੜਾ ਸਿੱਖ ਹੈ, ਕੋਈ ਵੀ ਬਾਬੇ ਨਾਨਕ ਦਾ ਸੱਚਾ ਸਿੱਖ ਹੈ, ਉਹ ਦਿਹਾੜੀ ਕਰ ਲੂਗਾ, ਦਿਹਾੜੀ ਕਰਕੇ ਕਮਾ ਲੂਗਾ 20 ਡਾਲਰ, ਪਰ ਉਹ ਕਿਸੇ ਤੋਂ ਲੈ ਕੇ ਨਹੀਂ ਜਾਂਦਾ। ਮੈਨੂੰ ਨਹੀਂ ਲੱਗਦਾ ਕਿ ਕੋਈ ਸੱਚਾ ਸਿੱਖ ਜਿਹੜਾ ਕਿਸੇ ਦੇ ਕੋਲੋਂ ਭੀਖ ਮੰਗ ਕੇ 20 ਡਾਲਰ ਲੈ ਕੇ ਉੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਉਹ ਦਰਸ਼ਨ ਕਰਕੇ ਆਊਗਾ। ਬਾਕੀ ਸਰਕਾਰ ਆਪ ਖਰਚੇ ਦੇ ਦੇ ਬਾਈ, ਫਿਰ ਵਿਸਾਖੀ ਵਾਲੇ ਦਿਨ ਕਿਹੜਾ ਟੂਲ ਟੈਕਸਾਂ ਤੋਂ ਅਸੀਂ ਚੱਕ ਦਿੰਦੇ ਵੀ ਅੱਜ ਯਾਰ ਵਿਸਾਖੀ ਆ, ਹੈ ਨਾ? ਬਿਲਕੁਲ, ਇਹ ਤਾਂ ਆਪਾਂ ਦੇਖਦੇ ਹਾਂ, ਬਾਦਲਾਂ ਨੇ ਵੀ ਰੌਲਾ ਪਾਇਆ ਵੀ ਇਹ ਜਜ਼ੀਆ ਲੈ ਰਹੇ ਨੇ ਜੀ, ਅੱਜ ਕੈਪਟਨ ਵੀ ਹੋਰ ਤਰ੍ਹਾਂ ਦੇ ਬਿਆਨ ਦੇ ਰਹੇ ਆ ਵੀ ਯਾਰ
ਆਪਾਂ ਜਾਂਦੇ ਹਾਂ, ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਉੱਥੇ ਕਮਰਾ ਲੈਂਦੇ ਹਾਂ, ਉੱਥੇ ਵੀ ਤਾਂ ਪੈਸੇ ਆਪਾਂ ਦਿੰਦੇ ਹਾਂ। ਆਪਾਂ ਕਾਰ ਪਾਰਕਿੰਗ ਗੱਡੀ ਪਾਰਕ ਕਰਦੇ ਹਾਂ, ਉੱਥੇ ਵੀ ਤਾਂ ਆਪਾਂ ਪੈਸੇ ਦਿੰਦੇ ਹਾਂ। ਇਸ ਤਰ੍ਹਾਂ ਭਾਰਤ ਦੇ ਵਿੱਚ ਕਈ ਇਸ ਤਰ੍ਹਾਂ ਦੇ ਸਥਾਨ ਹੈਗੇ ਨੇ ਜਿਹੜੇ ਮੰਦਰ ਹੈਗੇ ਨੇ, ਉੱਥੇ ਵੀ ਆਪਾਂ ਨੂੰ ਜੇ ਜਾਣਾ ਪਵੇ ਤਾਂ ਆਪਾਂ ਉੱਥੇ ਪੈਸੇ ਦਿੰਦੇ ਹਾਂ। ਯਾਰ ਇਹ ਕਿੱਡੀ ਘਟੀਆ ਦੇਖੋ ਰਾਜਨੀਤੀ ਆ। ਇੱਕ ਬੰਦਿਆਂ ਨੇ 800 acres ਦੇ ਕਰੀਬ ਜ਼ਮੀਨ ਅਕੁਆਇਰ ਕੀਤੀ ਹੈ, ਅਰਬਾਂ ਰੁਪਈਆ ਲਾਇਆ ਇਸ ਗਲਿਆਰੇ ਨੂੰ ਬਣਾਉਣ ਦੇ ਉੱਤੇ, ਅਤੇ $20 ਕਿੰਨੇ ਕੁ ਜਣੇ, ਇਹਨਾਂ ਨੂੰ ਕੋਈ ਬਹਾਨਾ ਚਾਹੀਦਾ ਕੋਈ ਨਾ ਕੋਈ। ਆਰਮੀ ਕੈਪਟਨ ਦੇਖੋ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ ਕਿ ਜੀ ਪਹਿਲਾਂ ਉਹਨੇ ਬਿਆਨ ਸੀਗਾ ਕਿ ਇਹ ISI ਦੀ ਸਾਜਿਸ਼ ਹੈ ਜੀ, ਹੁਣ ਉਹਦਾ ਕੱਲ੍ਹ ਪਰਸੋਂ ਦਾ ਇੱਕ ਬਿਆਨ ਆ, ਕਹਿੰਦਾ ਜੀ ਉੱਥੇ ਜੀ ਅੱਤਵਾਦੀਆਂ ਨੇ ਕੈਂਪ ਖੋਲ੍ਹਤੇ ਜੀ। ਯਾਰ ਐਡੀ ਵਧੀਆ ਸ਼ੁਰੂਆਤ ਹੋਣ ਜਾ ਰਹੀ ਆ ਦੋ ਦੇਸ਼ਾਂ ਦੇ ਵਿੱਚ, ਮੈਂ ਕਹਿੰਦਾ ਇਹ ਸ਼ੁਰੂਆਤ ਹੈ ਇੱਕ ਅਮਨ ਚੈਨ ਦੀ ਸ਼ੁਰੂਆਤ ਹੈ, ਇੱਕ ਇੱਥੋਂ ਸੁਨੇਹਾ ਦੋਨਾਂ ਦੇਸ਼ਾਂ ਦੇ ਵਿੱਚ ਲੈ ਜਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਦੋਨੇ ਦੇਸ਼ ਕਿਤੇ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹੋਣਗੇ ਤਾਂ ਇੱਕ ਪ੍ਰਤੀਕ ਹੋਊਗਾ ਕਰਤਾਰਪੁਰ ਸਾਹਿਬ ਦਾ ਲਾਂਘਾ। ਇੱਥੋਂ ਸ਼ੁਰੂਆਤ ਹੋਣੀ ਹੈ ਕਿ ਹਾਂ ਕਿ ਦੁਨੀਆਂ ਦੇ ਵਿੱਚ ਵੀ ਸਾਡਾ ਇੱਕ ਸੁਨੇਹਾ ਜਾਣਾ ਕਿ ਦੋ ਦੇਸ਼ ਨੇ ਜਿਹੜੇ ਉਹ ਨੇੜੇ ਆ ਰਹੇ ਨੇ, ਜਿਨ੍ਹਾਂ ਨੇ 72 ਇੱਕ ਦੂਜੇ ਨੂੰ ਕਤਲੋਗਾਰਤ ਕੀਤਾ। ਕਤਲੋਗਾਰਤ ਕਰਦੇ ਕੌਣ ਆ? ਕੋਈ ਵੀ ਭਾਰਤੀ ਲੋਕ ਜਿਹੜੇ ਸਹੀ ਲੋਕ ਨੇ, ਸੱਚੇ ਸੱਚਾਈ ਵਾਲੇ ਲੋਕ ਨੇ, ਇਮਾਨਦਾਰ ਲੋਕ ਨੇ, ਜਾਂ ਜਿਹੜੇ ਸਮਝਦੇ ਇਸ ਗੱਲ ਨੂੰ, ਜਾਂ ਪਾਕਿਸਤਾਨ ਦੇ ਵਿੱਚ ਬੈਠੇ ਲੋਕ ਨੇ, ਉਹ ਨਹੀਂ ਚਾਹੁੰਦੇ ਜੰਗਾਂ ਹੋਣ, ਯੁੱਧਾਂ ਹੋਣ, ਸਰਹੱਦਾਂ ਦੇ ਉੱਤੇ ਸਾਡੇ ਫੌਜੀ ਨੌਜਵਾਨ ਮਾਰੇ ਜਾਣ। ਇਹ ਤਾਂ ਇਹ ਚੰਦ ਕੁ ਬੰਦੇ ਇੱਧਰ ਵੀ ਨੇ, ਸਿਆਸਤਦਾਨ ਨੇ ਜਿਹੜੇ ਚੰਦ ਕੁੱਟ ਨੇ ਜਿਹੜੇ ਬੈਠੇ ਇਹ ਰੋਟੀਆਂ ਸਿੱਖੀ ਜਾਂਦੇ ਨੇ, ਇੱਧਰ ਵੀ ਇਹੀ ਕੁਛ ਚੱਲੀ ਜਾਂਦਾ, ਉੱਧਰ ਵੀ ਇੱਕੋ ਪਤਾ ਨਹੀਂ ਕਿਹੜਾ ਖਬਰਾਂ ਚ ਆ ਰਿਹਾ, ਧਰਨਾ ਲਾਈ ਬੈਠਾ ਫਲਾਨਾ ਪਤਾ ਨਹੀਂ ਕੀ ਨਾਂ ਉਹਦਾ, ਉਹ ਕਹਿੰਦਾ ਵੀ ਇਹ ਕੰਮ ਗਲਤ ਹੋ ਰਿਹਾ। ਬਾਕੀ ਬਾਈ ਉਹ ਜਰਮਨ ਵਰਗੇ ਦੇਸ਼ ਹੋਰ ਕਿੰਨੀਆਂ ਲੜਾਈਆਂ ਲੋਕਾਂ ਦੀਆਂ ਲੱਗੀਆਂ, ਸਾਨੂੰ ਸਮਝੌਤੇ ਹੀ ਹੋਇਆ, ਜੰਗ ਨਾਲ ਤਾਂ ਮਸਲੇ ਫਿਰ ਵਿਗੜਦੇ ਨੇ। ਦੇਖੋ ਜੇ ਗੱਲ ਬਿਲਕੁਲ ਜੇ ਬਰਲਨ ਦੀ ਕਹਿੰਦੇ ਕੰਧ ਡਿੱਗ ਸਕਦੀ ਹੈ ਤੇ ਸਾਡੀਆਂ ਹੱਦਾਂ ਸਰਹੱਦਾਂ ਕੀ ਚੀਜ਼ ਨੇ ਯਾਰ। ਦੂਜੀ ਗੱਲ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਸਾਡਾ ਹਮੇਸ਼ਾ ਮੈਂ ਦੇਖਦਾ ਹੁੰਦਾ ਕਿ ਜਦੋਂ ਇੱਧਰ ਨੂੰ ਜਾਈਦਾ ਨਾ ਕਿਤੇ ਦੱਖਣ ਵੱਲ ਜਾਂ ਕਿਤੇ ਹੋਰ ਪਾਸੇ ਵੱਲ ਪੂਰਬ ਵੱਲ, ਤੇ ਐਂ ਜੇ ਲੱਗਦਾ ਹੁੰਦਾ ਜਦੋਂ ਆਪਾਂ ਪੰਜਾਬ ਟੱਪ ਜਾਂਦੇ ਹਾਂ ਵੀ ਯਾਰ ਹੋਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਆ ਗਏ ਹਾਂ। ਹਮੇਸ਼ਾ ਖਿੱਚ ਪੈਂਦੀ ਆ ਦਿਲ ਨੂੰ ਇੱਕ ਜਦੋਂ ਗੱਲ ਚੱਲਦੀ ਹੈ ਕਿ ਯਾਰ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ, ਕਦੇ ਲਾਹੌਰ ਜਾਣ ਦਾ ਮੌਕਾ ਮਿਲੇ, ਕਦੇ ਦੇਖੀਏ ਕਿ ਉਹ ਜ਼ਮੀਨ ਉਹ ਧਰਤੀ ਜਿੱਥੇ ਕਦੇ ਹਰੀ ਸਿੰਘ ਨਲੂਏ ਵਰਗਿਆਂ ਨੇ ਤੇਗਾਂ ਵਾਹੀਆਂ ਨੇ, ਕਦੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਰਾਜ ਕੀਤੇ ਨੇ, ਕਦੇ ਸਾਡੇ ਵੱਡ ਵਡੇਰਿਆਂ ਨੇ ਉਹ ਜ਼ਮੀਨਾਂ ਉਹ ਜਰਖੇਜ ਭੂਮੀਆਂ ਵਾਹੀਆਂ ਨੇ, ਉਹ ਧਰਤੀ ਦੇ ਨਾਲ ਸਾਡਾ ਬੜਾ ਇਤਿਹਾਸ ਜੁੜਿਆ ਹੋਇਆ। ਬੜਾ ਮਨ ਕਰਦਾ, ਖਿੱਚ ਪੈਂਦੀ ਹੈ ਕਿ ਕਿਉਂਕਿ ਉੱਧਰ ਮੈਂ ਫਿਰ ਦੁਬਾਰੇ ਪਹਿਲਾਂ ਹੀ ਮੈਂ ਕਿਹਾ ਸੀ ਕਿ ਸਾਡਾ ਬੜਾ ਕੁਛ ਸਾਂਝਾ, ਬੜੀਆਂ ਸਾਂਝਾਂ ਨੇ ਸਾਡੀਆਂ, ਅਤੇ ਸੈਂਕੜੇ ਸਾਲ ਅਸੀਂ ਇਕੱਠੇ ਰਹੇ ਹਾਂ, ਸਾਡਾ ਖੂਨ ਇੱਕ ਹੈ। ਸੋ ਇਹ ਸਾਂਝੀਵਾਲਤਾ ਨੂੰ ਸਾਨੂੰ, ਬਾਕੀ ਬਾਈ ਲੀਡਰ ਵੀ ਭੋਗਾਂ 'ਤੇ ਜਾ ਕੇ ਆਖਰ ਨੂੰ ਦੁਸ਼ਮਣੀਆਂ ਮਿਟਾਉਂਦੇ, ਇੱਕ ਦੂਜੇ 'ਤੇ ਜਾਂਦੇ, ਅਤੇ ਆਹ ਕਿੱਡੀ ਗੱਲ ਆ, ਸਟੇਜ ਵੀ ਇੱਕ ਹੋਣੀ ਚਾਹੀਦੀ, ਸਟੇਜਾਂ ਵੀ ਕਹਿੰਦੇ ਦੋ ਤਿੰਨ ਲੱਗ ਰਹੀਆਂ। ਬਿਲਕੁਲ ਇਹ ਸਾਰੀਆਂ ਇਹ ਗੰਦੀਆਂ ਰਾਜਨੀਤੀਆਂ ਹੋ ਰਹੀਆਂ ਨੇ। ਹੁਣ ਤੁਸੀਂ ਅੱਜ ਦਾ ਮੈਂ ਤੁਹਾਨੂੰ ਇੱਕ ਹੋਰ ਦੱਸਦਾਂਗੇ, ਅੱਜ ਦੇਖੋ ਪਹਿਲਾਂ ਬਾਦਲਾਂ ਨੇ ਬੜਾ ਪ੍ਰੋਪੋਗੰਡਾ ਕੀਤਾ ਸਿੱਧੂ ਦਾ, ਸਿੱਧੂ ਦੁਸ਼ਮਣ ਦੇਸ਼ ਪਾ ਗਿਆ, ਇਹ ISI ਦਾ ਏਜੰਟ ਹੈ, ਇਹ ਪਾਕਿਸਤਾਨ ਭੇਜ ਦਿਓ, ਇਕਰਾਰ ਹੈ। ਹੁਣ ਅੱਜ ਦਾ ਜਿਹੜਾ ਮਤਲਬ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੱਜ ਇੱਕ ਬਿਆਨ ਲੱਗਿਆ ਹਰਸਿਮਰਤ ਕੌਰ ਦਾ, ਉਹ ਕਹਿੰਦੀ ਹੈ ਉਹ ਕੈਪਟਨ ਨੂੰ ਭੰਡ ਰਹੀ ਹੈ, ਕਹਿੰਦੀ ਕੈਪਟਨ ਨੇ ਜਿਹੜਾ ਬਿਆਨ ਦਿੱਤਾ ਅੱਤਵਾਦੀਆਂ ਵਾਲਾ ਇਹ ਬਹੁਤ ਗਲਤ ਹੈ, ਨਿੰਦਣ ਯੋਗ ਹੈ, ਕੈਪਟਨ ਨੂੰ ਆਪਣਾ ਬਿਆਨ ਵਾਪਸ ਲੈਣਾ। ਹੁਣ ਪਤਾ ਲੱਗ ਗਿਆ ਉਹਨਾਂ ਨੂੰ ਕਿ ਯਾਰ ਲੋਕ ਸਾਡੇ ਖਿਲਾਫ਼ ਹੋ ਗਏ ਆ, ਵੀ ਲੋਕ ਸਾਡੇ ਜੁੱਤੀਆਂ ਮਾਰਨ ਲੱਗ ਗਏ ਆ, ਕਿਉਂਕਿ ਪਤਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਲੋਕ ਕਿਹੜੀ ਗੱਲ ਦੇ ਹੱਕ 'ਚ। ਸੋ ਇਹ ਗੱਲਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਨੇ। ਪਰ ਅੱਜ ਜਿਸ ਤਰ੍ਹਾਂ ਹੱਥ ਟੋਕਾ ਬਣਿਆ ਹੋਇਆ ਕੈਪਟਨ ਅਮਰਿੰਦਰ ਸਿੰਘ, ਮੈਂ ਕਹਿੰਦਾ ਸਭ ਤੋਂ ਵੱਡਾ ਜੇ ਕੁੜਿੱਕਾ ਪਾ ਰਿਹਾ ਅੱਜ, ਜਾਂ ਐਵੇਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਅੱਤਵਾਦੀ ਕੈਂਪਾਂ ਦੀਆਂ, ISI ਦੀਆਂ ਸਾਜਿਸ਼ਾਂ ਨੇ, ਇਹ ਨੇ ਵੋ ਯਾਰ, ISI ਦੀਆਂ ਜੇ ਸਾਜਿਸ਼ਾਂ, ਜੇ ਤੁਸੀਂ ਕਹਿੰਦੇ ਅੱਤਵਾਦੀ ਕੈਂਪ ਅਗਲਾ ਇੱਥੇ ਕਰਤਾਰਪੁਰ ਦੇ ਕੋਲ ਹੀ ਲਾਊਗਾ, ਫਿਰ ਦੂਰ ਲਾ ਲੈ ਕੇ ਲਾ ਲੂਗਾ, ਜਾਂ ਗੁਜਰਾਤ ਦਾ ਵੀ ਨਾਲ ਹੱਦ ਲੱਗਦੀ ਹੈ ਪਾਕਿਸਤਾਨ ਦੇ, ਜਾਂ ਰਾਜਸਥਾਨ ਦੀ ਹੱਦ ਲੱਗਦੀ ਹੈ, ਉੱਥੋਂ ਅਗਲਾ ਕੋਈ ਜੇ ਕਿਸੇ ਨੇ ਕੋਈ ਭੇਜਣਾ ਤਾਂ ਉੱਥੋਂ ਹੀ ਭੇਜ, ਗੁਰਦੁਆਰੇ ਦੇ ਲਾਂਘੇ ਰਾਹੀਂ ਅੱਤਵਾਦੀ ਆਉਣਗੇ। ਬਾਈ ਲੋਕ ਤਾਂ ਇੱਥੋਂ ਤੱਕ ਡਰੀ ਜਾਂਦੇ ਵੀ ਯਾਰ ਇਹ ਖੁੱਲਣੀ ਨਹੀਂ ਦਿੰਦੇ, ਮੈਨੂੰ ਐਂ ਲੱਗਦਾ ਵੀ ਐਂ ਲੋਕ, ਇਹ ਲੋਕਾਂ ਦੀ ਫਵਾਹ ਆ ਰਹੀ ਹੈ, ਗੱਲਾਂ ਆ ਰਹੀਆਂ ਲੋਕਾਂ ਦੀਆਂ, ਇੱਥੋਂ ਤੱਕ ਲੋਕ ਡਰੀ ਜਾਂਦੇ ਵੀ ਜਦੋਂ ਬਿਆਨ ਹੀ ਆ ਰੋਂਗ ਦੇਈ ਜਾਂਦੇ ਆ। ਬਿਲਕੁਲ ਇਹ ਵੀ ਹੋ ਸਕਦਾ ਕਿ ਉਸ ਸਮੇਂ ਬਾਅਦ ਇਹ ਇਸ ਤਰ੍ਹਾਂ ਦਾ ਕੋਈ ਡਰਾਮਾ ਰਚ ਦੇਣ ਕਿ ਦੇਖੋ ਜੀ ਉੱਥੇ ਤਾਂ ਜੀ ਬੰਬ ਧਮਾਕਾ ਹੋ ਗਿਆ ਜੀ, ਉੱਥੇ ਤਾਂ ਜੀ ਅੱਤਵਾਦੀ ਆ ਗਏ। ਤੁਸੀਂ ਇੱਕ ਹੋਰ ਦੇਖੋ ਮੇਰੀ ਗੱਲ ਸੁਣੋ, ਜਦੋਂ ਵੀ ਚਾਹੇ ਪੁਲਵਾਮਾ ਅਟੈਕ ਦੀ ਆਪਾਂ ਗੱਲ ਕਰ ਲਈ, ਹਮਲੇ ਦੀ ਗੱਲ ਕਰਦੇ, ਚਾਹੇ ਉਦੋਂ ਪਹਿਲਾਂ ਜਦੋਂ ਇੱਕ ਵਾਰੀ ਇੱਧਰ ਆਪਣਾ ਮਤਲਬ ਸੰਸਦ 'ਤੇ ਹਮਲਾ ਹੋਇਆ ਸੀਗਾ, ਉਦੋਂ ਦੀ ਆਪਾਂ ਗੱਲ ਕਰ ਲਈਏ, ਜਦੋਂ ਵੀ ਕੋਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਆਉਂਦਾ ਨਾ, ਇੱਕ ਬੰਬੇ ਤੋਂ ਕਰਾਚੀ ਬੰਦਰਗਾਹ ਜਿਹੜਾ ਜਿੱਥੇ ਨਰਾ ਵਪਾਰ ਹੁੰਦਾ ਦੋਨਾਂ ਦੇਸ਼ਾਂ ਦਾ, ਉਹ ਕਦੇ ਬੰਦ ਨਹੀਂ ਹੋਇਆ, ਕਦੇ ਵੀ ਬੰਦ ਨਹੀਂ ਹੋਇਆ, ਉਹ ਇੱਕ ਦਿਨ ਲਈ ਵੀ ਬੰਦ ਨਹੀਂ ਹੋਇਆ, ਜਿੱਡਾ ਮਰਜ਼ੀ
ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਰਿਹਾ ਹੋਵੇ, ਪਰ ਗਾਜ ਕਿੱਥੇ ਆ ਕੇ ਡਿੱਗਦੀ ਹੈ? ਆ ਕੇ ਵਾਹਗਾ ਬਾਰਡਰ ਬੰਦ ਕਰ ਦਿੰਦੇ ਆ, ਆ ਕੇ ਪੰਜਾਬ ਦਾ ਇਹ ਆ ਕੇ ਇੱਥੇ ਬੈਨ ਪਾਬੰਦੀਆਂ ਲਾ ਦਿੰਦੇ ਜੀ, ਹੋਰ ਸਾਰਾ ਚੱਲ ਰਿਹਾ, ਉਹ ਕਿਉਂ ਫਿਰ? ਸੋ ਹਮੇਸ਼ਾ ਹੀ ਆਪਾਂ ਨੂੰ ਮਾਰਿਆ ਗਿਆ, ਆਪਾਂ ਨੂੰ ਧੱਕਿਆ ਗਿਆ, ਪਰ ਹੁਣ ਮੈਂ ਕਹਿੰਦਾ ਕਿ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਜਿਹੜੀ ਉਹ ਬੁਲੰਦ ਹੋਊਗੀ, ਅਤੇ ਅਸੀਂ ਚਾਹੁੰਦੇ ਹਾਂ, ਦਿਲੋਂ ਸਲਾਮ ਹੈ, ਦਿਲੋਂ ਧੰਨਵਾਦ ਹੈ ਇਮਰਾਨ ਖਾਨ ਸਾਹਿਬ ਦਾ, ਉੱਥੋਂ ਦੀ ਪੂਰੇ ਆਵਾਮ ਦਾ, ਉੱਥੋਂ ਦੇ ਲੋਕਾਂ ਦਾ, ਉੱਥੇ ਪੰਜਾਬੀ ਭਰਾਵਾਂ ਦਾ। ਇਹ ਮੇਰੀ ਆਵਾਜ਼ ਨਹੀਂ ਹੈਗੀ ਕਿ ਮੈਂ ਇਕੱਲੇ ਦੀ ਆਵਾਜ਼ ਹੈ, ਇੱਥੋਂ ਦਾ ਹਰ ਸੱਚਾ ਪੰਜਾਬੀ ਦੀ ਆਵਾਜ਼ ਹੈ ਕਿ ਅਸੀਂ ਯਾਰ ਦੁਬਾਰਾ ਨੇੜੇ ਹੋ ਗਏ। ਮੈਂ ਇੱਕ ਤੁਹਾਨੂੰ ਦੱਸ ਦਿੰਦਾ ਕਿ ਤੁਹਾਨੂੰ ਵੀ ਕਹਿਣਾ ਚਾਹੁੰਦਾ, ਸਲਾਹ ਦਿੰਦਾ, ਇੱਕ ਨਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲੱਗਦਾ ਹੁੰਦਾ, ਹਰ ਵਾਰ ਨੂੰ ਇੱਕ ਲੇਖ ਲੱਗਦਾ, ਉਹਦਾ ਸ਼ਾਇਦ ਲੇਖ ਦਾ ਨਾਂ ਸ਼ਾਵਲ ਧਾਮੀ ਇਸ ਤਰ੍ਹਾਂ ਕਰਕੇ ਕੋਈ ਨਾਂ ਹੈ। ਉਹ ਬੰਦੇ ਨੇ ਬੜੀਆਂ ਕਮਾਲ ਦੀਆਂ ਪੁਰਾਣੀਆਂ ਕਹਾਣੀਆਂ ਬਜ਼ੁਰਗਾਂ ਦੀਆਂ ਕੱਢ ਕੇ, ਜਿਹੜੇ ਜਿਉਂਦੇ ਬੈਠੇ ਨੇ, ਜਿਨ੍ਹਾਂ ਦੇ ਦਰਦ ਨੇ ਦਿਲਾਂ ਦੇ ਵਿੱਚ, ਰੋਂਦੇ ਨੇ ਕਿ ਯਾਰ ਅਸੀਂ ਆਪਣਾ ਉੱਧਰਲਾ ਪਿੰਡ ਦੇਖ ਕੇ ਆ ਗਏ, ਉੱਧਰ ਲਿਆ ਦੇ ਕੋਈ ਰਹਿ ਗਏ ਰਿਸ਼ਤੇਦਾਰਾਂ ਨੂੰ ਮਿਲ ਕੇ ਆ ਗਏ, ਸਕਿਉਰਿਟੀ ਗਾਰਡ ਨੇ ਵੀਡੀਓ ਪਾਈ ਰੋ ਕੇ, ਕਹਿੰਦਾ ਸਾਡਾ ਜਲੰਧਰ ਸਾਰਾ ਕੁਛ ਰਹਿ ਗਿਆ, ਕਹਿੰਦਾ ਮੈਂ ਅੱਜ ਬੇਨਤੀ ਕਰਦਾ ਹੱਥ ਜੋੜ ਕੇ ਵੀ ਜਿੱਦੇ 9 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚੋ, ਅਸੀਂ ਕਹਿੰਦਾ ਸਵਾਗਤ ਕਰਾਂਗੇ, ਅੱਜ ਰੋ ਕੇ ਵੀਡੀਓ ਪਾਈ। ਉਹ ਤਾਂ ਯਾਰ ਖੁਸ਼ ਨੇ, ਕਿੰਨੇ ਆਪਾਂ ਦੇਖ ਰਹੇ ਹਾਂ ਪੱਤਰਕਾਰ ਦੱਸ ਰਹੇ ਨੇ ਭਰਾ ਕਿ ਯਾਰ ਕਿਵੇਂ ਉਹ ਲੋਕ, ਕਿੰਨੀ ਖੁਸ਼ੀ, ਕਿੰਨਾ ਚਾਅ ਉਹਨਾਂ ਦੇ ਦਿਲਾਂ ਦੇ ਵਿੱਚ ਕਿ ਸਾਡੇ ਪੰਜਾਬ ਦੇ ਭਰਾ ਜਿਹੜੇ ਆ ਰਹੇ ਆ। ਸੋ ਆਓ ਪੰਜਾਬੀ ਉਹ ਇਸ ਅਮਨ ਚੈਨ ਦੇ ਲਾਂਘਿਆਂ ਨੂੰ ਇਹਨਾਂ ਹੱਦਾਂ ਦੇ ਤੋਂ ਟੱਪ ਕੇ ਵੀ ਆਪਾਂ ਇਹਨਾਂ ਹੱਦਾਂ, ਕਦੇ ਪਰਮਾਤਮਾ ਭਲੀ ਕਰੇ ਕਿ ਹੱਦਾਂ ਸਰਦਾਂ ਹੀ ਖੁੱਲ ਜਾਣ, ਸਾਡਾ ਸਾਰਾ ਕੁਛ ਹੀ ਇੱਕ ਹੋ ਜਾਵੇ, ਕਿਉਂਕਿ ਅਸੀਂ ਹਮੇਸ਼ਾ ਇੱਕ ਰਹੇ ਹਾਂ, ਪਰ ਫਿਰਕੂ ਸਿਆਸਤਾਂ ਨੇ ਫਿਰਕੂ ਰੰਗ ਖੋਦੀ, ਤਾਂ ਉਹਨਾਂ ਸਮਿਆਂ ਦੇ ਵਿੱਚ ਅਸੀਂ ਵੰਡੇ ਗਏ, ਅਸੀਂ ਆਪਸ ਵਿੱਚ ਪਾਟ ਗਏ, ਸਾਨੂੰ ਇੱਕ ਦੂਜੇ ਦੇ ਖਿਲਾਫ਼ ਨਫ਼ਰਤ ਪੈਦਾ ਕੀਤੀ ਗਈ। ਅੱਜ ਕੱਲ੍ਹ ਮੀਡੀਆ ਦੇਖ ਲਓ ਕੀ ਕਰ ਰਿਹਾ, ਨਫ਼ਰਤ ਤੁਸੀਂ ਦੇਖ ਲਓ, ਅੱਥ ਨੇ ਜਿੰਨਾ ਵੀ ਨੈਸ਼ਨਲ ਮੀਡੀਆ ਉਹਦੇ ਬਹਿ ਕੇ ਦੇਖ ਲਿਆ ਕਿ 10 ਮਿੰਟ ਬੈਠਣ ਨੂੰ ਦਿਲ ਨਹੀਂ ਕਰਦਾ ਦੇਖਣ ਨੂੰ, ਕਿਵੇਂ ਪ੍ਰਚਾਰ ਹੁੰਦਾ, ਕੀ ਕੁਲ ਪ੍ਰਚਾਰ ਹੁੰਦਾ ਉੱਧਰਲਾ ਮੀਡੀਆ ਵੀ ਹੈਗਾ ਜਿਹੜਾ ਇੱਧਰਲਿਆਂ ਦੇ ਖਿਲਾਫ਼ ਸਾਡੇ ਖਿਲਾਫ਼ ਪ੍ਰਚਾਰ ਕਰਦਾ, ਸਾਡੇ ਨਾਲ ਉਹਨਾਂ ਦੇ ਖਿਲਾਫ਼ ਪ੍ਰਚਾਰ ਹੋ ਜਾਂਦਾ, ਜਾਣੀ ਉਹ ਨਫ਼ਰਤ ਇੱਕ ਦਿਮਾਗ ਦੇ ਵਿੱਚ, ਇੱਕ ਦਿਲ 'ਚ ਭਰੀ ਜਾ ਰਹੀ ਹੈ, ਹਿੰਦੂ ਮੁਸਲਮਾਨ ਸਿੱਖ ਦੇ ਮਨਾਂ ਦੇ ਵਿੱਚ ਉਹੀ ਜਿਹੜੇ ਨਫ਼ਰਤ ਦੇ ਬੀਜ ਨੇ ਉਹੀ ਬੀਜੇ ਜਾ ਰਹੇ ਨੇ। ਨਹੀਂ ਯਾਰ, ਬਹੁਤ ਸਮਾਂ ਹੋ ਗਿਆ, ਬਹੁਤ ਕੁਝ ਹੰਢਾ ਲਿਆ, ਅਤੇ ਹਮੇਸ਼ਾ ਹੀ ਕੋਈ ਵੀ ਜੰਗਾਂ ਯੁੱਧ ਜਿਹੜੇ ਕਿਸੇ ਮਸਲੇ ਦੇ ਹੱਲ ਨਹੀਂ ਹੈਗੇ ਬਈ, ਅੱਜ ਦੇ ਟਾਈਮ 'ਚ ਤਾਂ ਜਮਾਂ ਹੀ ਨਹੀਂ, ਅੱਜ ਕੱਲ੍ਹ ਤਾਂ ਪਰਮਾਣੂ ਹਰੇਕ ਦੇਸ਼ ਕੋਲ ਆ, ਇੱਕ ਨਾਲ ਹੀ ਕੰਮ ਖਤਮ ਹੋ ਜੂ, ਅੱਜ ਕੱਲ੍ਹ ਤਾਂ ਬਹਿ ਕੇ ਟੇਬਲ 'ਤੇ ਗੱਲਾਂ ਕਰਨ ਦਾ ਟਾਈਮ ਹੈ ਇਸ ਟਾਈਮ ਤਾਂ, ਬਿਲਕੁਲ ਹਾਂ, ਕੰਮ ਵਧੀ ਤੁਰਿਆ ਜਾਂਦਾ ਤਾਂ। ਸੋ ਅਪੀਲ ਕਰਦੇ ਹਾਂ, ਮੈਂ ਹੋਰ ਵੀ ਇੱਕ ਸੁਨੇਹਾ ਨੌਜਵਾਨਾਂ ਨੂੰ ਦੇਣਾ ਚਾਹੁੰਦਾ ਕਿ 9, 10, 11, 12 3-4 ਦਿਨ ਅਸੀਂ ਸੁਲਤਾਨਪੁਰ ਲੋਧੀ ਜਾਂ ਡੇਰਾ ਬਾਬਾ ਨਾਨਕ ਚੱਲੇ ਹਾਂ, ਅਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿੰਨੇ ਵੀ ਨੌਜਵਾਨ ਨੇ ਸਾਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਬਾਬੇ ਨਾਨਕ ਦੇ ਸਿਧਾਂਤਾਂ ਨਾਲ ਜੁੜਨ ਦੀ ਲੋੜ ਹੈ। ਸੋ ਫਿਰ ਮੈਂ ਇੰਨੀ ਗੱਲ ਜ਼ਰੂਰ ਕਰੂੰਗਾ ਕਿ ਅਸੀਂ ਬਾਬੇ ਨਾਨਕ ਦੀਆਂ ਫੋਟੋਆਂ ਨਾਲ ਜੁੜੀਏ, ਅਸੀਂ ਬਾਬੇ ਨਾਨਕ ਦਾ ਜਿਹੜਾ ਇੱਕ ਅਡੰਬਰ ਰਚਾਇਆ ਗਿਆ, ਜਿਹੜਾ ਮਤਲਬ ਕਿ ਪੁਜਾਰੀਆਂ ਵੱਲੋਂ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਜਾਂ ਦੱਸਿਆ ਗਿਆ ਸਾਨੂੰ, ਉਹਨਾਂ ਚੀਜ਼ਾਂ ਦਾ ਨਹੀਂ, ਅਸਲ ਸਾਨੂੰ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੇ ਜਿਹੜੀਆਂ, ਜਿਹੜੇ ਉਹਨਾਂ ਦੇ ਸਿਧਾਂਤ ਨੇ, ਜਿਹੜੇ ਉਹਨਾਂ ਦੀ ਵਿਚਾਰਧਾਰਾ, ਸੋਚ, ਉਹਨਾਂ ਦਾ ਫਲਸਫਾ, ਉਸ ਕੰਸੈਪਟ ਨੂੰ ਸਮਝਣ ਦੀ ਲੋੜ ਆ, ਅਤੇ ਉਹ 'ਤੇ ਸਾਨੂੰ ਚੱਲ ਕੇ, ਕਿਉਂਕਿ ਬਾਬੇ ਨਾਨਕ ਦੀ ਬਾਣੀ ਜੀਵਨ ਜਾਂਚ ਸਿਖਾਉਂਦੀ ਹੈ, ਉਹਨੂੰ ਵੀ ਸਾਨੂੰ ਅੱਜ ਉੱਥੇ ਇੱਕ ਜਾ ਕੇ ਦੇਖਣ ਦੀ ਲੋੜ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬਾਬੇ ਨਾਨਕ ਨੇ ਆਪਣਾ ਜੀਵਨ ਜਿਉਂ ਕੇ ਸਾਨੂੰ ਦਿਖਾਇਆ। ਸਾਡੇ ਕੋਲ ਇਕੱਲੀ ਗੁਰਬਾਣੀ ਨਹੀਂ ਹੈਗੀ ਬਾਬੇ ਨਾਨਕ ਦੀ, ਬਾਬੇ ਨਾਨਕ ਦਾ ਜੀਵਨ ਵੀ ਹੈਗਾ, ਜਦੋਂ ਅਸੀਂ ਬਹੁਤ ਕੁਛ ਸਿੱਖ ਸਕਦੇ, ਖੇਤੀ ਹੋਈ ਹੈ ਬਾਈ, ਉੱਥੇ ਸਾਰਾ ਕੁਛ ਹੋ ਜਾਂਦਾ, ਬੜੇ ਸਿਧਾਂਤ ਨੇ ਬਾਬੇ ਨਾਨਕ ਦੇ। ਸੋ ਧੰਨਵਾਦ ਕਰਦੇ ਹਾਂ ਸੰਗਤ ਦਾ, ਬਹੁਤ ਬਹੁਤ ਧੰਨਵਾਦ, ਅਤੇ ਦੁਬਾਰਾ ਫਿਰ ਸਲਾਮ ਭੇਜਦੇ ਹਾਂ ਮੁੱਝੇ ਪਾਕਿਸਤਾਨ ਦੇ ਪੰਜਾਬੀ ਭਰਾਵਾਂ ਨੂੰ, ਉੱਥੋਂ ਦੇ ਵਜ਼ੀਰ ਆ ਜਾਂ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੂੰ, ਜਿਨ੍ਹਾਂ ਬੰਦਿਆਂ ਦਾ ਸਹਿਯੋਗ ਰਿਹਾ, ਨਵਜੋਤ ਸਿੰਘ ਸਿੱਧੂ, ਉਦੋਂ ਪਹਿਲਾਂ ਭਾਈ ਬਡਾਲਾ ਜੀ, ਬਡਾਲਾ ਉਹਨਾਂ ਦਾ ਬੜਾ ਯੋਗਦਾਨ ਰਿਹਾ, ਬੜਾ ਉਹਨਾਂ ਨੇ ਬੜਾ ਯਤਨ ਕੀਤਾ ਇਹ ਲਾਂਘਾ ਖਿਲਾਉਣ ਦੇ ਲਈ, ਉਹ ਚਲੋ ਨਹੀਂ ਹੈਗੇ ਦੁਨੀਆਂ ਦੇ ਵਿੱਚ, ਉਹਨਾਂ ਦਾ ਬੜਾ ਯੋਗਦਾਨ ਰਿਹਾ, ਉਹਨਾਂ ਨੂੰ ਵੀ ਅੱਜ ਸਾਨੂੰ ਯਾਦ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਵੀ ਬੜਾ ਮਿਹਨਤ ਕੀਤੀ, ਪਰ ਹੌਲੀ ਹੌਲੀ ਉਹਨਾਂ ਦੀ ਮਿਹਨਤ ਜਿਹੜੀ ਉਹ ਰੰਗ ਲੈ ਕੇ ਆਈ ਹੈ ਅੱਜ, ਅਤੇ ਲਾਂਘਾ ਖੁੱਲਣ ਜਾ ਰਿਹਾ, ਪੂਰੀ ਨਾਨਕ ਨਾਮ ਦੇ ਦਾ ਸਿੱਖ ਸਾਹਿਬ ਇਸ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।